ਸਵਾਗਤ ਹੈ ਤੁਹਾਡਾ ਸਾਡੇ ਯੂਟਿਊਬ ਚੈਨਲ 'ਤੇ। ਆਓ ਜਾਣਦੇ ਹਾਂ ਪਿੰਡ ਅਟਾਰੀ ਦਾ ਇਹ ਨਾਮ ਕਿਵੇਂ ਪਿਆ। ਤਹਿਸੀਲ ਅੰਮ੍ਰਿਤਸਰ ਦਾ ਪਿੰਡ ਅਟਾਰੀ ਅੰਮ੍ਰਿਤਸਰ ਵਾਹਗਾ ਸੜਕ 'ਤੇ ਸਥਿਤ ਹੈ ਅਤੇ ਰੇਲਵੇ ਸਟੇਸ਼ਨ ਵੀ ਅਟਾਰੀ ਹੈ। ਪਿੰਡ ਵਾਲੀ ਜਗ੍ਹਾ 'ਤੇ ਪਹਿਲਾਂ ਜੰਗਲ ਹੁੰਦਾ ਸੀ ਅਤੇ ਉੱਪਰ ਇੱਕ ਥੇ 'ਤੇ ਮਹੰਤਾਂ ਦਾ ਮੰਦਰ ਹੁੰਦਾ ਸੀ। ਇਸ ਮੰਦਰ ਵਿੱਚ ਮੁਗਲ ਬਾਦਸ਼ਾਹੀਆਂ ਇਰਾਨ ਦੇ ਮੁਗਲ ਸ਼ਹਿਨਸ਼ਾਹ ਵੱਲੋਂ ਸੋਨਾ ਚਾਂਦੀ ਦੇ ਰੂਪ ਵਿੱਚ ਬਹੁਤ ਚੜਾਵਾ ਚੜਾਇਆ ਜਾਂਦਾ ਸੀ। ਮਹਾਰਾਜਾ ਰਣਜੀਤ ਸਿੰਘ ਦੇ ਉੱਘੇ ਜਰਨੈਲ ਸ਼ਾਮ ਸਿੰਘ ਅਟਾਰੀਵਾਲਾ ਦੇ ਪਿਤਾ ਅਤੇ ਚਾਚਾ ਪਿੰਡ ਕੌਂਕੇ ਤੋਂ ਉੱਠ ਕੇ ਇੱਥੇ ਨੇੜੇ ਆ ਕੇ ਬੈਠ ਗਏ। ਉਹ ਮਹੰਤਾਂ ਦੇ ਡੇਰੇ ਵੀ ਆਉਂਦੇ ਸਨ। ਉਸ ਵੇਲੇ ਇਸ ਜਗ੍ਹਾ ਨੂੰ ਉਹ ਲੋਕ ਉਜਾੜ ਕਹਿੰਦੇ ਸਨ, ਪਰ ਮਹੰਤਾਂ ਨੇ ਕਿਹਾ ਕਿ ਇੱਥੇ ਅਟਾਰੀਆਂ ਪੈਣਗੀਆਂ। ਸ਼ਾਮ ਸਿੰਘ ਅਟਾਰੀਵਾਲਾ ਬਹੁਤ ਤਕੜਾ ਜਵਾਨ ਸੀ। ਜਦੋਂ ਮਹਾਰਾਜਾ ਰਣਜੀਤ ਸਿੰਘ ਦਾ ਖਜ਼ਾਨਾ ਲਾਹੌਰ ਨੂੰ ਜਾਂਦਾ ਇੱਥੋਂ ਲੰਘਦਾ ਸੀ ਤਾਂ ਉਹ ਲੁੱਟ ਲੈਂਦਾ ਸੀ। ਜਦੋਂ ਤੀਸਰੀ ਵਾਰੀ ਖਜ਼ਾਨਾ ਲੁੱਟਿਆ ਗਿਆ ਤਾਂ ਮਹਾਰਾਜੇ ਨੇ ਮੁਨਿਆਦੀ ਕਰਵਾ ਦਿੱਤੀ ਕਿ ਜਿਹੜਾ ਗੱਭਰੂ ਖਜ਼ਾਨਾ ਲੁੱਟਦਾ ਹੈ ਉਹ ਆਵੇ ਅਤੇ ਮਹਾਰਾਜਾ ਉਸਨੂੰ ਆਪਣੀ ਫੌਜ ਵਿੱਚ ਜਰਨੈਲ ਬਣਾ ਦੇਵੇਗਾ। ਇਸ ਤਰ੍ਹਾਂ ਸ਼ਾਮ ਸਿੰਘ ਖਾਲਸਾਈ ਫੌਜ ਦਾ ਜਰਨੈਲ ਬਣ ਗਿਆ। ਉਹਨਾਂ ਇੱਥੇ ਕਚਹਿਰੀ, ਕਿਲ੍ਹਾ, ਮਹੱਲ ਮਾੜੀਆਂ ਬਣਵਾਈਆਂ। ਇਸ ਤਰ੍ਹਾਂ ਮਹੰਤਾਂ ਦੀ ਭਵਿੱਖਬਾਣੀ ਅਤੇ ਲਫਜ਼ਾਂ ਦੇ ਪਿੰਡ ਦਾ ਨਾਂ ਅਟਾਰੀ ਪੈ ਗਿਆ। ਇੱਥੇ ਮਹਾਰਾਜਾ ਰਣਜੀਤ ਸਿੰਘ ਦੇ ਪੋਤਰੇ ਕੰਵਰ ਨੌਨਿਹਾਲ ਸਿੰਘ ਦੀ ਬਰਾਤ ਸ਼ਾਮ ਸਿੰਘ ਅਟਾਰੀਵਾਲੇ ਦੇ ਘਰ ਢੁੱਕੀ ਸੀ। ਕਹਿੰਦੇ ਹਨ ਕਿ ਹਾਥੀ ਘੋੜਿਆਂ 'ਤੇ ਬਰਾਤ ਇੱਕ ਪਾਸੇ ਇੱਥੇ ਪਹੁੰਚ ਗਈ ਅਤੇ ਦੂਸਰੇ ਪਾਸੇ ਅਜੇ ਅੰਮ੍ਰਿਤਸਰ ਹੀ ਸੀ। 3 ਦਿਨ ਬਰਾਤ ਰਹੀ, ਬਹੁਤ ਸਾਰਾ ਦਾਜ ਦਿੱਤਾ ਗਿਆ। ਮਹਾਨ ਜਨਰਲ ਸਭਰਾਵਾਂ ਦੀ ਲੜਾਈ ਵਿੱਚ ਸ਼ਹੀਦ ਹੋਏ ਅਤੇ ਇਸ ਪਿੰਡ ਵਿੱਚ ਸੰਸਕਾਰ ਕੀਤਾ ਗਿਆ। ਉਹਨਾਂ ਦੀ ਸਮਾਧ ਤਲਾਅ ਦੇ ਕੰਢੇ ਪਿੰਡ ਵਿੱਚ ਹੈ। ਸਮਾਧ ਦੇ ਗੇਟ 'ਤੇ ਲਿਖਿਆ ਹੈ, ਸ਼ਾਮ ਸਿੰਘ ਸਰਦਾਰ ਅਟਾਰੀਵਾਲੇ ਬੰਨ ਸਸਤਰੀ ਜੋੜ ਵਿਛੋੜ ਸੁੱਟੇ, ਸ਼ਾਹ ਮੁਹੰਮਦ ਸਿੰਘਾਂ ਨੇ ਗੋਰਿਆਂ ਦੇ ਵਾਂਗ ਨਿੰਬੂਆਂ ਲਹੂ ਨਚੋੜ ਸੁੱਟੇ। ਹੋਰ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ, ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰੋ। ਧੰਨਵਾਦ।